ਦੁਨੀਆਂ ਉੱਤੇ ਬੰਦਿਆ ਰੱਖ ਇਹੋ ਜਿਹਾ ਬਹਿਣ ਖਲੋਣ, ਤੂੰ ਆਵੇਂ ਤੇ ਹੱਸੇ ਦੁਨੀਆਂ, ਟੁਰ ਜਾਵੇਂ ਤੇ ਰੋਣ। ਅਸਲਾਮ ਅਲੈਕਮ ਜੀ ਵੀਵਰ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ? ਉਮੀਦ ਕਰਨਾ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸਾਡੇ ਵੀਰ ਠੀਕ ਠਾਕ ਹੋਣਗੇ। ਅਤੇ ਅੱਜ ਜਿਹੜਾ ਪਿੰਡ ਤੁਹਾਨੂੰ ਦੱਸਣ ਲੱਗਿਆ, ਜਿਸ ਪਿੰਡ ਦੀ ਕਹਾਣੀ ਸੁਣਾਉਣ ਲੱਗਿਆ, ਉਸ ਪਿੰਡ ਦੀ ਕਹਾਣੀ ਵੀ ਕੁਝ ਇਹਦੇ ਨਾਲ ਮਿਲਦੀ ਜੁਲਦੀ ਹੈ। ਜੀ ਤੇ ਵੀਵਰ, ਅੱਜ ਦਾ ਪਿੰਡ ਹੈ ਜੀ ਬੋਣ ਮੰਜ਼ਬ ਦਾ। ਕਿਸ ਜਗ੍ਹਾ 'ਤੇ ਵਾਕਿਆ ਹੈ, ਇਹਦਾ ਜ਼ਿਲ੍ਹਾ ਤਹਿਸੀਲ ਕੀ ਹੈ ਅਤੇ ਡਾਕਖਾਨਾ ਕੀ? ਅਗਰ ਆਪਾਂ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਇਸ ਦਾ ਉਖਾੜਾ ਹੈ, ਤਹਿਸੀਲ ਇਸ ਦੀ ਦੀਪਾਲਪੁਰ ਅਤੇ ਡਾਕਖਾਨਾ ਹੁਜਰਾ ਸ਼ਾਹ ਮੁਕੀਮ। ਬੋਣ ਮੰਜ਼ਬ ਦਾ ਇਹਦਾ ਪੁਰਾਣਾ ਨਾਂ ਕੀ ਸੀ ਔਰ ਇਹਦੇ ਪਿੱਛੇ ਛੁਪੀ ਹੋਈ ਕਹਾਣੀ ਅਸਲ ਕੀ ਹੈ, ਅਸਲ ਕਹਾਣੀ ਜਿਹੜੀ ਹੈ ਉਹ ਤੁਹਾਨੂੰ ਅੱਜ ਦੱਸਣੀ। ਬੋਣ ਮੰਜ਼ਬ ਦਾ, ਬੋਣ ਮੰਜ਼ਬ ਦਾ ਅਸਲ ਨਾਂ ਸੀ ਤਖਤਮਲ, ਬੋਣ ਤਖਤਮਲ। ਇਹਨੂੰ ਬੋਣ ਤਖਤਮਲ ਕਿਉਂ ਕਿਹਾ ਗਿਆ, ਇਹਦੇ ਵਿੱਚ ਕਹਾਣੀ ਕੀ ਹੈ, ਹੁਣ ਆਪਾਂ ਉਹਦੇ 'ਤੇ ਗੱਲ ਕਰਨੀ। ਦਰਅਸਲ ਬੋਣ ਮੰਜ਼ਬ ਦੀ ਕਹਾਣੀ ਤਿੰਨ ਕਿਰਦਾਰਾਂ ਦੇ ਗਿਰਦ ਘੁੰਮਦੀ ਹੈ। ਇਹਦੇ ਤਿੰਨ ਮਰਕਜ਼ੀ ਕਿਰਦਾਰ ਨੇ, ਇੱਕ ਤਖਤਮਲ ਦੀ ਵਾਲਦਾ, ਦੂਸਰਾ ਤਖਤਮਲ, ਤੀਸਰਾ ਉਹਦਾ ਬੇਟਾ ਦੌਲਤ ਰਾਮ। ਜਦੋਂ ਤਖਤਮਲ ਪੰਗੂੜੇ ਵਿੱਚ ਸੀ, ਉਸ ਵਕਤ ਕਿਹਾ ਜਾਂਦਾ ਹੈ ਵੀ ਇਹਦਾ ਵਾਲਦ ਜਿਹੜਾ ਸੀ ਉਹ ਫੌਤ ਹੋ ਗਿਆ ਸੀ, ਕਿ ਤਖਤਮਲ ਦੀ ਵਾਲਦਾ ਨੇ ਉਸ ਇਲਾਕੇ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਆਪਣੇ ਜਿਹੜੇ ਰਕਬੇ ਸਨ ਉਹਨਾਂ ਦੇ, ਉਹਨਾਂ 'ਤੇ ਆਉਣ ਦਾ ਫੈਸਲਾ ਕੀਤਾ। ਕਿਉਂ ਕੀਤਾ? ਕਿ ਜਿਹੜਾ ਤਖਤਮਲ ਸੀ ਉਹਦੇ ਵਾਲਦ ਦੇ ਕੋਲ 900 ਏਕੜ ਜਿਹੜਾ ਸੀ ਉਸ ਟਾਈਮ ਉਹ ਰਕਬਾ ਹੁੰਦਾ ਸੀ, ਉਹਦੀ ਜ਼ਾਤੀ ਜਿਹੜੀ ਮਲਕੀਅਤ ਸੀ। ਇਹ ਵੀ ਹੋ ਸਕਦਾ ਹੈ ਉਹਦੇ ਜਿਹੜੇ ਰਿਸ਼ਤੇਦਾਰ ਸਨ ਤਖਤਮਲ ਦੇ, ਵਾਲਦ ਦੇ ਚਾਚੇ ਤਾਇਆਂ ਦੇ ਸਨ ਜਾਂ ਜੋ ਵੀ ਸਨ, ਉਹਨਾਂ ਨੂੰ ਉਹ ਚੀਜ਼ ਜਿਹੜੀ ਇਹਨਾਂ ਨਾ ਪਸੰਦ ਆਈ ਹੋਵੇ ਜਾਂ ਉਹਨਾਂ ਦਾ ਕੋਈ ਲਾਲਚ ਹੋਵੇ, ਜੋ ਵੀ ਮਸਲਾ ਸੀ। ਕਹਿੰਦੇ ਨੇ ਵੀ ਉਹਨਾਂ ਨੇ ਇਹ ਵੀ ਇੱਥੋਂ ਤੱਕ ਇਰਾਦਾ ਬਣਾ ਲਿਆ ਸੀ ਕਿ ਤਖਤਮਲ ਅਤੇ ਉਹਦੀ ਵਾਲਦਾ ਨੂੰ ਵੀ ਕਤਲ ਕਰ ਦਿੱਤਾ ਜਾਵੇ। ਅਤੇ ਤਖਤਮਲ ਦੀ ਵਾਲਦਾ ਨੇ ਜਦੋਂ ਇਹ ਸਾਰਾ ਮਾਮਲਾਤ ਵੇਖੇ ਕਿ ਇਹ ਤਾਂ ਮੇਰੇ ਜਿਹੜਾ ਪੁੱਤਰ ਹੈ ਉਹਦੇ ਵੀ ਇਹ ਦੁਸ਼ਮਣ ਹੋ ਗਏ ਨੇ ਅਤੇ ਮੇਰੇ ਵੀ ਇਹ ਦੁਸ਼ਮਣ ਨੇ, ਤਾਂ ਕਿਉਂ ਨਾ ਮੈਂ ਇੱਥੋਂ ਦੂਰ ਚਲੀ ਜਾਵਾਂ। ਅਤੇ ਕਿਹਾ ਜਾਂਦਾ ਹੈ ਵੀ ਉਹ ਆਪਣਾ ਉਹ ਇਲਾਕਾ ਛੱਡ ਕੇ ਜਾਂ ਉਹ ਜਗ੍ਹਾ ਛੱਡ ਕੇ ਅਤੇ ਇਸ ਜਗ੍ਹਾ 'ਤੇ ਆ ਕੇ ਆਬਾਦ ਹੋ ਗਏ ਸਨ ਜਿੱਥੇ ਉਹਨਾਂ ਦਾ ਰਕਬਾ ਸੀ। ਅਤੇ ਇਹ ਰਕਬਾ ਵੀ ਥੋੜ੍ਹਾ ਬਹੁਤਾ ਨਹੀਂ ਸੀ, 900 ਏਕੜ ਸੀ। ਜਦੋਂ 900 ਆਪਣੇ ਇਸ ਰਕਬੇ 'ਤੇ ਆ ਕੇ ਆਬਾਦ ਹੋਣਾ ਸ਼ੁਰੂ ਹੋਏ ਅਤੇ ਕਿਹਾ ਜਾਂਦਾ ਵੀ ਇੱਕ ਜਗ੍ਹਾ 'ਤੇ ਜਦੋਂ ਠਹਿਰਨ ਲੱਗੇ ਅਤੇ ਜਿਹੜਾ ਕਬੀਲਾ ਸੀ ਨਾਲ ਆਪਣੇ ਉਹਨਾਂ ਦੇ ਮੌਜ਼ਾਰੇ ਸਨ ਔਰ ਦੂਸਰੇ ਕੁਛ ਨੌਕਰ ਚਾਕਰ ਸਨ, ਉਹ ਜਦੋਂ ਆ ਕੇ ਅਤੇ ਇੱਕ ਜਗ੍ਹਾ 'ਤੇ ਰੁਕੇ ਨੇ ਅਤੇ ਰੈਸ਼ ਬਣਾਉਣ ਲੱਗੇ ਨੇ ਜਾਂ ਰੈਸ਼ ਇਖਤਿਆਰ ਕਰਨੀ ਸ਼ੁਰੂ ਕੀਤੀ, ਅਤੇ ਕਿਹਾ ਜਾਂਦਾ ਵੀ ਉੱਥੇ ਜਿਹੜਾ ਸੀ ਮਕੌੜਿਆਂ ਦੇ ਪੌਣ ਨਿਕਲ ਆਏ ਸਨ। ਮਕੌੜਿਆਂ ਦੇ ਪੌਣ ਕਿਵੇਂ? ਜਿਵੇਂ ਅੱਜ ਆਪਾਂ ਵੇਹਨੇ ਕੀੜੇ ਮਕੌੜੇ ਜਿਹੜੇ ਨੇ ਨਾ ਉਹ ਨਿਕਲ ਆਵਣ ਅਤੇ ਫਿਰ ਪਾਣੀ ਦਾ ਕੋਈ ਸਿਸਟਮ ਹੋ ਜਾਵੇ ਜਾਂ ਕਿਸੇ ਤਰ੍ਹਾਂ ਕੋਈ ਮਿੱਠੀ ਚੀਜ਼ ਆ ਜਾਵੇ ਉੱਥੇ ਜਾਂ ਕੁਛ ਅਨਾਜ ਆ ਜਾਵੇ, ਅਤੇ ਅਕਸਰ ਉਹ ਜਿਹੜੇ ਨੇ ਆਪਣੇ ਬਿੱਲਾਂ ਤੋਂ ਬਾਹਰ ਨਿਕਲ ਆਉਂਦੇ ਨੇ ਅਤੇ ਵੇਹਨੇ ਕਿ ਉੱਥੇ ਜਿਹੜਾ ਨਾ ਰੁਕਣਾ ਬੈਠਣਾ ਮੁਹਾਲ ਹੋ ਜਾਂਦਾ। ਕਿਹਾ ਜਾਂਦਾ ਵੀ ਉਸ ਟਾਈਮ ਇੰਨੇ ਕੁ ਜ਼ਿਆਦਾ ਸਨ ਕਿ ਇਹ ਉਸ ਜਗ੍ਹਾ 'ਤੇ ਮਤਲਬ ਇਹਨਾਂ ਨੇ ਸੋਚਿਆ ਵੀ ਰੈਸ਼ ਨਹੀਂ ਇਖਤਿਆਰ ਹੋ ਸਕਦੀ, ਲਿਹਾਜ਼ਾ ਇਹਨਾਂ ਨੇ ਉਸ ਜਗ੍ਹਾ ਨੂੰ ਛੱਡ ਕੇ ਅਤੇ ਇੱਕ ਹੋਰ ਜਗ੍ਹਾ 'ਤੇ ਆਪਣਾ ਜਿਹੜਾ ਰੈਸ਼ ਇਖਤਿਆਰ ਕਰਨੀ ਗਏ। ਜਦੋਂ ਉੱਥੇ ਗਏ ਤਾਂ ਉੱਥੇ ਵੀ ਇਹੋ ਹਿਸਾਬ ਸੀ ਵੀ ਉੱਥੇ ਵੀ ਜਿਹੜਾ ਸੀ ਉਹ ਉਂਝੀ ਜਿਹੜੇ ਕੀੜੇ ਮਕੌੜੇ ਸਨ ਉਹਨਾਂ ਦਾ ਪੌਣ ਸੀ। ਫਿਰ ਤੀਸਰੀ ਦਫ਼ਾ ਜਦੋਂ ਇਹਨਾਂ ਨੇ ਜਿਸ ਜਗ੍ਹਾ 'ਤੇ ਹੁਣ ਬੋਣ ਮੰਜ਼ਬਤਾ ਪਿੰਡ ਆਬਾਦ ਹੈ, ਇਸ ਜਗ੍ਹਾ 'ਤੇ ਆ ਕੇ ਉਹ ਆਬਾਦ ਹੋ ਗਏ ਅਤੇ ਤਖਤਮਲ ਫਿਰ ਉੱਥੇ ਜਵਾਨ ਹੋਇਆ, ਜਿਹੜਾ ਅੱਜ ਬੋਣ ਮੰਜ਼ਬਤਾ ਦੇ ਨਾਂ 'ਤੇ ਪਿੰਡ ਜਾਣਿਆ ਜਾਂਦਾ।
ਜਦੋਂ ਤਖ਼ਤ ਮਲ ਜਵਾਨ ਹੋਇਆ ਤੇ ਤਖ਼ਤ ਮਲ ਦੀ ਰਹਿਤ ਬਹਿਤ ਕਿਹੋ ਜਿਹੀ ਸੀ? ਇਹਦਾ ਰਿਆਇਆ ਨਾਲ ਕੀ ਸਲੂਕ ਸੀ ਜਾਂ ਆਪਣੇ ਇਲਾਕੇ 'ਚ ਕਿਸ ਤਰ੍ਹਾਂ ਜਾਣਿਆ ਜਾਂਦਾ ਸੀ? ਅਗਰ ਇਸ ਚੀਜ਼ ਨੂੰ ਵੇਖੀਏ ਤਾਂ ਤਖ਼ਤ ਮਲ ਦੇ ਬਾਰੇ ਦੱਸਿਆ ਜਾਂਦਾ ਹੈ ਵੀ ਤਖ਼ਤ ਮਲ ਇੰਤਹਾਈ ਸ਼ਰੀਫ ਬੰਦਾ ਸੀ, ਸ਼ਰੀਫ ਸਿਫਤ ਜਿਹੜਾ ਇਨਸਾਨ ਸੀ। ਔਰ ਮਜ਼ਹਬ ਦੇ ਭੇਤ ਭਾਵ ਜਿਹੜਾ ਹੈ ਨਾ, ਇਸ ਚੀਜ਼ ਤੋਂ ਉਹ ਬਹੁਤ ਅੱਗੇ ਦੀ ਚੀਜ਼ ਸੀ। ਉਹ ਯਾਨੀ ਜਿਹਨੂੰ ਕਹਿੰਦੇ ਨੇ ਕਿ ਅੱਛਾ ਇਨਸਾਨ ਸੀ, ਔਰ ਵਾਕਈ ਉਹ ਅੱਛਾ ਇਨਸਾਨ ਸੀ ਜੋ ਤਾਰੀਖ ਵਿੱਚ ਸਾਨੂੰ ਮਿਲਿਆ ਜਾਂ ਜੋ ਉੱਥੋਂ ਦੇ ਵੱਡ ਵਡੇਰਿਆਂ ਨੇ ਸਾਨੂੰ ਦੱਸਿਆ। ਕਿ ਤਖ਼ਤ ਮਲ ਦੇ ਬਾਰੇ ਦੱਸਿਆ ਜਾਂਦਾ ਹੈ ਵੀ ਤਖ਼ਤ ਮਲ ਇਹੋ ਜਿਹਾ ਬੰਦਾ ਸੀ ਵੀ ਇਸ ਇਲਾਕੇ ਵਿੱਚ ਕੋਈ ਪਰੇ ਪੰਚਾਇਤ ਵੀ ਹੁੰਦੀ ਸੀ ਤਾਂ ਉਹਦੇ ਪੁੱਛਿਆਂ ਤੋਂ ਬਿਨਾਂ ਨਹੀਂ ਹੁੰਦੀ ਸੀ, ਔਰ ਆਪਣੇ ਫੈਸਲੇ ਵੀ ਉਹ ਬਹੁਤ ਹੀ ਅੱਛੇ ਕਰਦਾ ਸੀ, ਜਿਹਦੀ ਵਜ੍ਹਾ ਤੋਂ ਕਦੇ ਵੀ ਕਿਸੇ ਜਗ੍ਹਾ 'ਤੇ ਨਾਲ ਦੇ 10-10-20-20 ਪਿੰਡਾਂ ਵਿੱਚ ਵੀ ਅਗਰ ਕੋਈ ਪਰੇ ਪੰਚਾਇਤ ਹੁੰਦੀ ਸੀ ਤਾਂ ਤਖ਼ਤ ਮਲ ਉੱਥੇ ਜਿਹੜਾ ਸੀ ਬਤੌਰ ਜੱਜ ਜਾਂਦਾ ਸੀ। ਜਿਸ ਤਰ੍ਹਾਂ ਜੱਜ ਫੈਸਲਾ ਸੁਣਾਉਂਦਾ, ਤਖ਼ਤ ਮਲ ਵੀ ਉਂਝ ਹੀ ਫੈਸਲਾ ਸੁਣਾਉਂਦਾ। ਅਤੇ ਪਿੰਡ ਦੇ ਵਿੱਚ ਅਗਰ ਕਿਸੇ ਦੀ ਧੀ ਭੈਣ ਦੀ ਸ਼ਾਦੀ ਹੁੰਦੀ ਅਤੇ ਉਹਦਾ ਜਿਹੜਾ ਬਰਾਤ ਦਾ ਇੰਤਜ਼ਾਮ ਹੁੰਦਾ ਸੀ, ਖਾਣ ਪੀਣ ਤੋਂ ਲੈ ਕੇ ਉਹਦੀ ਜਿਹੜੀ ਵਿਦਾਈ ਦਾ ਸਿਸਟਮ ਸੀ, ਸਾਰਾ ਜਿਹੜਾ ਸੀ ਤਖ਼ਤ ਮਲ ਖੁਦ ਕਰਵਾਉਂਦਾ ਸੀ। ਕਿ ਉੱਥੋਂ ਆਪਣੀ ਰਿਆਇਆ ਨੂੰ ਕਿਸੇ ਨੂੰ ਇੱਕ ਤੇਲੀ ਵੀ ਨਹੀਂ ਲਾਣ ਦਿੰਦਾ ਸੀ, ਉਹਨੇ ਸਾਰਾ ਖਰਚਾ ਖੁਦ ਕਰਨਾ ਹੁੰਦਾ ਸੀ। ਉਸ ਪਿੰਡ ਦੇ ਭੂਮਨ ਮੰਜ਼ਬਤਾ ਪਿੰਡ ਦੇ ਅੰਦਰ ਜਿਹੜਾ ਇੱਕ ਜੰਝ ਘਰ ਬਣਾਇਆ ਹੋਇਆ ਸੀ ਕਿ ਜਿੰਨੇ ਵੀ ਜੰਝੀ ਹੁੰਦੇ ਸਨ ਉਹਨਾਂ ਦੀ ਰੋਟੀ ਦਾ ਸਾਰਾ ਇੰਤਜ਼ਾਮ ਤਖ਼ਤ ਮਲ ਜਿਹੜਾ ਸੀ ਆਪਣੇ ਜਾਤੀ ਤੌਰ 'ਤੇ ਉਹ ਕਰਦਾ ਸੀ ਸਾਰਾ। ਅਤੇ ਕਹਿੰਦੇ ਨੇ ਵੀ ਜਦੋਂ ਗਲੀ ਵਿੱਚੋਂ ਵੀ ਲੰਘਦਾ ਸੀ ਅਤੇ ਘੋੜੀ ਤੋਂ ਥੱਲੇ ਉਤਰਿਆ ਆਉਂਦਾ ਸੀ, ਪੈਦਲ ਨਾਲ ਚੱਲਦਾ ਸੀ। ਇਸ ਲਈ ਚੱਲਦਾ ਸੀ ਕਿ ਕਿਸੇ ਦੇ ਘਰ ਵਿੱਚ ਜਾਤੀ ਨਾ ਪਵੇ, ਕਿ ਮਤਲਬ ਉਹਨੇ ਆਪਣੀ ਰਿਆਇਆ ਨੂੰ ਹਰ ਤਰ੍ਹਾਂ ਜਿਹੜਾ ਸੀ ਸੇਵ ਕੀਤਾ ਹੋਇਆ ਸੀ, ਆਪਣੀ ਜ਼ਾਤ ਤੋਂ ਵੀ ਨਾ ਨੁਕਸਾਨ ਪਹੁੰਚੇ ਅਤੇ ਨਾ ਕਿਸੇ ਨੂੰ ਇਹ ਹੱਕ ਦਿੱਤਾ ਸੀ। ਤਖ਼ਤ ਮਲ ਨੇ ਆਪਣੇ ਰਕਬੇ ਦੇ ਵਿੱਚ ਹਰ ਤਰ੍ਹਾਂ ਦੀ ਸਬਜ਼ੀ ਜਿਹੜੀ ਸੀ ਉਹ ਕਾਸ਼ਤ ਕੀਤੀ ਸੀ, ਔਰ ਹਰ ਤਰ੍ਹਾਂ ਦੇ ਬਾਗਾਤ ਸਨ ਦੇ ਨਾਲ ਮੌਜੂਦ, ਜਿਹਦੇ ਵਿੱਚ ਹਰ ਫਲ ਦੇ ਤਕਰੀਬਨ ਜਿਹੜਾ ਸੀ ਉਹਨੇ ਇੰਤਜ਼ਾਮ ਕੀਤਾ ਸੀ। ਅਤੇ ਕਹਿੰਦੇ ਨੇ ਵੀ ਤੰਬਾਕੂ ਇੰਨਾ ਕੁ ਬੀਜਦਾ ਸੀ ਸਿਰਫ ਡੇਰੇ ਲਈ, ਕਿ ਜਦੋਂ ਤੰਬਾਕੂ ਦੀ ਕਟਾਈ ਹੋ ਜਾਂਦੀ ਸੀ ਤਾਂ ਉਹਨੂੰ ਸਟੋਰ ਕਰ ਦਿੱਤਾ ਜਾਂਦਾ ਸੀ ਪੂਰੇ ਸਾਲ ਲਈ। ਅੱਜ ਦਾ ਵੀ ਇਹ ਇੰਝ ਹੀ ਹਿਸਾਬ ਹੁੰਦਾ ਸੀ। ਅਤੇ ਅਗਰ ਉਹਦੇ ਫੈਸਲਿਆਂ ਦੀ ਗੱਲ ਕਰੀਏ ਤਾਂ ਉਹਦੇ ਫੈਸਲਿਆਂ 'ਚ ਇਹ ਦੱਸਦੇ ਨੇ ਵੀ ਤਖ਼ਤ ਮਲ ਦਾ ਜਿਹੜਾ ਬੇਟਾ ਸੀ, ਇੱਕ ਬੇਟਾ ਸੀ ਜਿਹਦਾ ਨਾਂ ਸੀ ਦੌਲਤ ਰਾਮ, ਅਤੇ ਦੌਲਤ ਰਾਮ ਦੇ ਕੋਲ ਦੱਸਦੇ ਨੇ ਵੀ ਇੱਕ ਦਫ਼ਾ ਕੀ ਹੋਇਆ ਕਿ ਦੌਲਤ ਰਾਮ ਜਿਹੜਾ ਸੀ ਉਹਨੇ ਕੋਈ ਕਤਲ ਕਰ ਦਿੱਤਾ ਸੀ ਜਾਂ ਕਿਸੇ ਦੁਸ਼ਮਣੀ ਦੇ ਵਿੱਚ ਆ ਕੇ ਉਹਦੇ ਹੱਥੋਂ ਕੋਈ ਕਤਲ ਹੋ ਗਿਆ ਸੀ, ਕਿ ਮਤਲਬ ਕੋਈ ਉਹਦੇ ਹੱਥੋਂ ਇਹੋ ਜਿਹਾ ਜੁਰਮ ਸਰਜ਼ਦ ਹੋ ਗਿਆ ਸੀ ਕਿ ਜਿਹਦਾ ਫੈਸਲਾ ਵੀ ਤਖ਼ਤ ਮਲ ਦੇ ਕੋਲ ਹੀ ਹੋਣਾ ਸੀ, ਤਖ਼ਤ ਮਲ ਹੀ ਉਸ ਫੈਸਲੇ ਦਾ ਜੱਜ ਸੀ। ਉਹਨੇ ਸਾਰੀ ਚੀਜ਼ ਨੂੰ ਵੇਂਦੇ ਉਹਨੇ ਫੈਸਲਾ ਸੁਣਾਇਆ ਤਾਂ ਉਹਨੇ ਦੌਲਤ ਰਾਮ ਨੂੰ ਸਜ਼ਾ ਸੁਣਾ ਦਿੱਤੀ। ਅਤੇ ਖੈਰ ਜੀ, ਕਿਹਾ ਜਾਂਦਾ ਵੀ ਜਿਹੜੇ ਦੂਸਰੇ ਸਨ ਜਿਨ੍ਹਾਂ ਦਾ ਉਹ ਕਤਲ ਹੋਇਆ ਸੀ, ਉਹਨਾਂ ਨੇ ਕਿਹਾ ਜਾਂਦਾ ਵੀ ਉਹਨਾਂ ਨੇ ਸੁਲਾਹ ਕਰ ਲਈ, ਤਖ਼ਤ ਮਲ ਦੇ ਫੈਸਲੇ 'ਤੇ ਖੁਸ਼ ਹੈ, ਉਹਨਾਂ ਨੇ ਉਹਦੇ ਬੇਟੇ ਨੂੰ ਮਾਫ਼ ਕਰ ਦਿੱਤਾ ਸੀ। ਕਿ ਦੌਲਤ ਰਾਮ ਜਦੋਂ ਭੂਮਨ ਮੰਜ਼ਬਤਾ ਪਿੰਡ ਨੂੰ ਛੱਡ ਕੇ ਜਾਣ ਲੱਗਾ ਤਾਂ ਉਹਦੇ ਬਾਰੇ ਦੱਸਦੇ ਨੇ ਵੀ ਉਹਨੇ ਆਪਣੇ ਜਿਹੜੇ ਗਲ ਪਹਿਨੇ ਹੋਏ ਕੱਪੜੇ ਸਨ ਨਾ, ਉਹਨੇ ਉਤਾਰ ਦਿੱਤੇ ਸਨ ਅਤੇ ਖਾਲੀ ਹੱਥ ਹੋ ਗਿਆ ਸੀ। ਅਤੇ ਕਹਿੰਦੇ ਨੇ ਵੀ ਘੋੜੀ ਦੇ ਉੱਤੇ ਜਦੋਂ ਵਾਪਸ ਜਾਣ ਲੱਗਾ ਨਾ, ਤਾਂ ਉਹਨੇ ਆਪਣੀ ਰਾਇਆ ਅਨੁਸਾਰ ਦੱਸਿਆ ਵੀ ਵੇਖੋ ਮੈਂ ਕੁਛ ਨਹੀਂ ਨਾਲ ਲੈ ਕੇ ਜਾ ਰਿਹਾ, ਮੈਂ ਖਾਲੀ ਹੱਥ ਜਾ ਰਿਹਾ। ਅਤੇ ਗੱਲ ਕਰ ਰਹੇ ਸੀ ਤਖ਼ਤ ਮਲ ਦੀ,
ਤਖ਼ਤ ਮਾਲ ਨੇ ਵਾਕਿਆ ਹੀ ਦੱਸਿਆ ਸੀ ਕਿ ਉਸ ਜਿਹੜਾ ਪੰਜਾਬੀ ਦਾ ਉਹ ਸ਼ੇਰ ਹੈ ਨਾ, ਉਹਦੇ ਨਾਲ ਉਹਦੀ ਜਿਹੜੀ ਕਹਾਣੀ ਬਿਲਕੁਲ ਮੈਚ ਕਰਦੀ ਹੈ ਕਿ ਦੁਨੀਆ ਉੱਤੇ ਬੰਦਿਆ ਰੱਖ ਇਹੋ ਜਿਹਾ ਬਹਿਣ ਖਲੋ, ਤੂੰ ਐਵੇਂ ਤੈਸੇ ਦੁਨੀਆ ਤੁਰ ਜਾਵੇਂ ਤੇਰੋ। ਜਿਹੜਾ ਇਹ ਸੀ ਕਹਾਣੀ ਤੁਸੀਂ ਸੁਣੀ ਪਵਨ ਮਜ਼ਫਦਾ ਪਿੰਡ ਦੀ, ਇਸ ਪਿੰਡ ਦਾ ਨਾਂ ਕਿਵੇਂ ਪਿਆ ਔਰ ਪਹਿਲੇ ਇਹਦਾ ਨਾਂ ਕੀ ਸੀ। ਪਹਿਲੇ ਇਹਦਾ ਨਾਂ ਭੁਵਨ ਤਖ਼ਤ ਮੱਲ ਸੀ ਔਰ ਭੁਵਨ ਤਖ਼ਤ ਮੱਲ ਕਿਉਂ ਪਿਆ ਸੀ, ਕਿਉਂਕਿ ਭੁਵਨ ਲਫ਼ਜ਼ ਨਿਕਲਾ ਸੀ ਭੌਣ ਤੋਂ। ਭੌਣ ਅਸਲ ਵਿੱਚ ਕੀੜਿਆਂ ਦਾ ਭੌਣ, ਮਕੌੜਿਆਂ ਦਾ ਭੌਣ, ਇਹ ਉਹਦੇ ਨਾਂ ਤੋਂ ਹੀ ਜਿਹੜਾ ਨਾ ਅੱਗੇ ਭੁਵਨ ਤਖ਼ਤ ਮੱਲ, ਤਖ਼ਤ ਮੱਲ ਉਹਦਾ ਨਾਂ ਸੀ ਅਤੇ ਤਖ਼ਤ ਮੱਲ ਅਤੇ ਭੌਣ ਇਹਨਾਂ ਦੋਨਾਂ ਦੇ ਨਾਂ ਤੋਂ ਇਸ ਪਿੰਡ ਦਾ ਨਾਂ ਪਿਆ ਸੀ ਭੌਣ ਤਖ਼ਤ ਮੱਲ, ਅਤੇ ਫਿਰ ਬਾਅਦ 'ਤੇ ਭੁਵਨ ਮਜ਼ਫਦਾ ਦੇ ਨਾਂ ਤੋਂ ਜਾਣਿਆ ਗਿਆ। ਅਤੇ ਦੌਲਤ ਰਾਮ ਜਦੋਂ ਇਹਦੂ ਚਲਾ ਗਿਆ ਸੀ ਆਪਣੀ ਰਿਆਇਆ ਨਾਲ, ਕੁਛ ਲੋਕ ਉਹਦੇ ਨਾਲ ਜਿਹੜੇ ਸਨ ਆਪਣਾ ਹਿੰਦੂ ਮਜ਼ਹਬ ਨਾਲ ਤਲਕ ਰੱਖਦੇ ਸਨ, ਉਹ ਉਹਦੇ ਚਲੇ ਗਏ ਸਨ। ਬਾਬਾ ਨੂਰ ਰਾਮ ਡੋਗਰ ਸਾਹਿਬ ਉਹ ਆ ਕੇ ਇੱਦੇ ਆਬਾਦ ਹੋਏ ਸਨ, ਅਤੇ ਪਿੱਛੇ ਉਹਨਾਂ ਦਾ ਰਕਬਾ ਜਿਹੜਾ ਦੱਸਿਆ ਜਾਂਦਾ ਵੀ 500 ਏਕੜ ਦੇ ਕਰੀਬ ਉਹਨਾਂ ਦਾ ਰਕਬਾ ਦੱਸਿਆ ਗਿਆ ਕਿ ਇੰਨਾ ਰਕਬਾ ਸੀ ਪਿੱਛੇ। ਅਤੇ ਜਦੋਂ ਇਹਦੇ ਆਏ ਨੇ ਅਤੇ ਇਹਦੇ ਆ ਕੇ ਉਹਨਾਂ ਨੂੰ ਉਹਦੀ ਨਿਸਬਤ 'ਤੇ ਹਾਫ ਵੀ ਨਹੀਂ ਮਿਲਿਆ। ਖੈਰ ਉਹਨਾਂ ਨੇ ਵੀ ਕਾਫੀ ਸਟਰਗਲ ਕੀਤੀ ਔਰ ਡੋਗਰ ਫੈਮਿਲੀ ਜਿੰਨੀ ਵੀ ਹੈ ਮੋਸਟਲੀ ਹੁਜਰੇ ਸ਼ਾਹ ਮੁਕੀਮ ਦੇ ਇਸ ਏਰੀਏ 'ਚ ਜਿਹੜਾ ਹੈ ਡੋਗਰ ਫੈਮਿਲੀ ਆਬਾਦ ਹੈ। ਉਮੀਦ ਕਰਨਾ ਅੱਜ ਵੀ ਤੁਹਾਨੂੰ ਵੀਡੀਓ ਪਸੰਦ ਆਈ ਸੀ, ਜੇ ਅਗਰ ਪਸੰਦ ਆਈ ਹੈ ਤਾਂ ਸਾਡਾ ਚੈਨਲ ਪੰਜਾਬ ਦੇ ਪਿੰਡ PDP ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਉਹਦੇ ਨਾਲ ਹੀ ਆਪਣੇ ਮਨ ਪਿਆਰੇ ਮਾਜ ਭਾਈ ਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।